ਏਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ ਮੈਂ ਤੁਹਾਡਾ ਦੋ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹੈ। ਕਰੰਟ ਇਸ਼ੂ ਲਈ ਚੱਲਦੇ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ। ਦੋਸਤੋ, ਜੋ ਦੁਸ਼ਹਿਰੇ 'ਤੇ ਹੋਇਆ ਕਿਸੇ ਤੋਂ ਛੁਪਿਆ ਨਹੀਂ ਹੈ, ਲੇਕਿਨ ਉਸ ਤੋਂ ਬਾਅਦ ਜਿਹੜੇ ਤਾਂ ਇਸ ਦੁਨੀਆ ਤੋਂ ਜਾ ਚੁੱਕੇ ਨੇ ਉਹ ਤਾਂ ਜਾ ਚੁੱਕੇ ਨੇ, ਕੀ ਜੋ ਬਚੇ ਨੇ, ਜੋ ਬਿਲਕੁਲ ਕਿਸੇ ਦਾ ਹੱਥ ਨਹੀਂ ਹੈ, ਪੈਰ ਨਹੀਂ ਹੈ, ਕੋਈ ਮਤਲਬ ਮੁਸ਼ਕਲ 'ਚੋਂ ਗੁਜ਼ਰ ਰਿਹਾ, ਕੀ ਉਹਨਾਂ ਦਾ ਸਹੀ ਤਰੀਕੇ ਦੇ ਨਾਲ ਇਲਾਜ ਹੋ ਰਿਹਾ ਔਰ ਡਾਕਟਰ ਆਪਣੀਆਂ ਡਿਊਟੀਆਂ ਪੂਰੀ ਤਰ੍ਹਾਂ ਕਰ ਰਹੇ ਨੇ, ਕਿ ਮਰੀਜ਼ ਉਹਨਾਂ ਦੇ ਇਲਾਜ ਤੋਂ ਮਤਲਬ ਸੰਤੁਸ਼ਟ ਨੇ ਔਰ ਖੁਦ ਸਾਡੇ ਮਤਲਬ ਹਰਸ਼ ਪੁੰਜ ਜੀ ਇਸ ਸਮੇਂ ਹੋਸਪਿਟਲ ਖੜ੍ਹੇ ਨੇ ਔਰ ਅੰਮ੍ਰਿਤਸਰ ਸਾਹਿਬ ਦੇ ਵਿੱਚ, ਉਹਨਾਂ ਤੋਂ ਲੈਂਦੇ ਹਾਂ ਜਾਣਕਾਰੀ ਕਿ ਉਹਨਾਂ ਨੇ ਕੀ ਮਰੀਜ਼ਾਂ ਨਾਲ ਗੱਲਬਾਤ ਕੀਤੀ ਹੈ ਔਰ ਮਰੀਜ਼ਾਂ ਨੇ ਉਹਨਾਂ ਦੇ ਨਾਲ ਜੋ ਗੱਲਬਾਤ ਕੀਤੀ ਹੈ ਕਿਸ ਤਰ੍ਹਾਂ ਦੀ ਕੀਤੀ ਹੈ, ਕਿ ਸਰਕਾਰ ਵੱਲੋਂ ਹੋਸਪਿਟਲ ਦੇ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਨੇ ਔਰ ਮਰੀਜ਼ਾਂ ਨੂੰ ਪੂਰੀ ਤਰ੍ਹਾਂ ਫਸਟ ਏਡ ਵਗੈਰਾ ਮਿਲ ਰਹੀ ਹੈ ਜਾਂ ਕਮੀ ਮਹਿਸੂਸ ਕਰ ਰਹੇ ਨੇ। ਪੂਰੀ ਜਾਣਕਾਰੀ ਦੇਣ ਵਾਸਤੇ ਪੁੰਜ ਜੀ ਜੁੜੇ ਨੇ। ਪੁੰਜ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ? ਜੀ ਜੀ ਸਰ, ਬਿਲਕੁਲ ਸਰ। ਸਰ, ਮੈਂ ਇਸ ਟਾਈਮ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਖੜਾ ਹਾਂ ਜੀ। ਅਤੇ ਇੱਥੋਂ ਦਾ ਜੋ ਮਾਹੌਲ ਜਿਹੜਾ ਮੈਂ ਤੁਹਾਨੂੰ ਦੱਸ ਦੇਵਾਂ ਕਿ ਵੱਖ ਵੱਖ ਸੰਸਥਾਵਾਂ ਵੱਲੋਂ ਤਾਂ ਇੱਕ ਤਾਂ ਲੰਗਰ ਦਾ ਜਿਹੜਾ ਇੱਥੇ ਜਿਹੜਾ ਉਹਨਾਂ ਨੂੰ ਸੁਵਿਧਾਵਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ, ਜੋ ਪਰਿਵਾਰ ਜਿਹੜੇ ਹੈਗੇ ਨੇ, ਜੋ ਕਾਫੀ ਜਿਹਨਾਂ ਦੇ ਦੁੱਖਾਂ ਦਾ ਪਹਾੜ ਟੁੱਟਿਆ ਇੱਕ ਤਰ੍ਹਾਂ ਦਾ, ਉਹਨਾਂ ਨੂੰ ਜਿਹੜੀ ਫਸਟ ਏਡ ਜਿਹੜੀ ਹੈਗੀ ਆ ਪ੍ਰੋਪਰ ਜਿਹੜੀ ਰੈਗੂਲਰ ਜਿਹੜੀ ਸਿਵਲ ਹਸਪਤਾਲ ਵੱਲੋਂ ਦਿੱਤੀ ਜਾ ਰਹੀ ਹੈ। ਔਰ ਮੇਰੀ SOO ਸਾਹਿਬ ਨਾਲ ਹੁਣੇ ਗੱਲ ਹੋਈ ਹੈ ਉਹਨਾਂ ਨਾਲ, ਜੋ ਉਹਨਾਂ ਨੇ ਦੱਸਿਆ ਕਿ ਇੱਥੇ ਹੈਲਥ ਮਿਨਿਸਟਰ ਜੀ ਵੀ ਇੱਥੇ ਪਹੁੰਚ ਰਹੇ ਨੇ 3:30 ਵਜੇ ਦੇ ਕਰੀਬ। ਬਾਕੀ ਜੋ ਅਗਲਾ ਅਪਡੇਟ ਹੋਏਗਾ 3:30 ਵਜੇ ਦੇ ਕਰੀਬ ਤੁਹਾਨੂੰ ਉਹ ਰੈਗੂਲਰਲੀ ਹੀ ਦਿੱਤਾ ਜਾਏਗਾ। ਔਰ ਇਸ ਦੇ ਨਾਲ ਹੀ ਜੋ ਜਿਹੜੇ ਮਰੀਜ਼ ਸੀਗੇ ਇੱਥੋਂ ਦੇ, ਉਹਨਾਂ ਨਾਲ ਜੋ ਗੱਲ ਕੀਤੀ ਗਈ, ਜੋ ਹਾਦਸੇ ਦਾ ਸ਼ਿਕਾਰ ਹੋਏ ਨੇ ਉਹਨਾਂ ਨਾਲ ਗੱਲਬਾਤ ਦੌਰਾਨ ਪਤਾ ਲੱਗਿਆ ਵਾ ਕਿ ਜਿਹੜੀ ਕਿ ਦਵਾ ਦਾਰੂ ਤਾਂ ਪੂਰੀ ਪ੍ਰੋਪਰ ਮਿਲ ਰਹੀ ਆ, ਨਾਲ ਦੀ ਨਾਲ ਜਿਹੜਾ ਉਹਨਾਂ ਨੂੰ ਖਾਣ ਪਾਣ ਵਜੋਂ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆ ਰਹੀ। ਪਰ ਜੋ ਦੇਖਣ ਵਾਲੀ ਗੱਲ ਇਹ ਹੈ ਕਿ ਉਹ ਕਹਿ ਰਹੇ ਨੇ ਕਿ ਸਾਨੂੰ 5 ਲੱਖ ਰੁਪਏ ਦੇ ਨਾਲ ਸਾਨੂੰ ਜੋ ਸਾਡੇ ਪਰਿਵਾਰ ਦਾ ਜਿਹੜਾ ਜੋ ਘਰ ਦਾ ਜਿਹੜਾ ਜੀਵ ਜਿਹੜਾ ਚਲਾ ਗਿਆ ਉਹ ਵਾਪਿਸ ਤਾਂ ਨਹੀਂ ਆਏਗਾ, ਪਰ ਜੋ ਸਾਡੇ ਘਰ ਦੇ ਲਈ ਇੱਕ ਰੋਜ਼ੀ ਜਿਹੜੀ ਰੋਟੀ ਦਾ ਜਿਹੜਾ ਹੈਗਾ ਸਾਧਨ ਜਿਹੜਾ ਉਹ ਚਲਾ ਗਿਆ ਵਾ। ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਜਿਹੜਾ ਸਾਨੂੰ ਘਰ ਦੇ ਕਿਸੇ ਇੱਕ ਪਰਿਵਾਰ ਨੂੰ ਕੋਈ ਸਰਕਾਰੀ ਨੌਕਰੀ ਜਿਹੜੀ ਦਿੱਤੀ ਜਾਵੇ। ਜੀ ਸਰ। ਪੁੰਜ ਜੀ, ਜਦੋਂ ਤੁਸੀਂ ਹੋਸਪਿਟਲ ਉਹਨਾਂ ਮਰੀਜ਼ਾਂ ਨਾਲ ਗੱਲਬਾਤ ਕਰ ਰਹੇ ਸੀ ਤਾਂ ਜਿਸ ਮਤਲਬ ਵਾਰਡ ਦੇ ਵਿੱਚ ਮਰੀਜ਼ ਸਨ, ਕਿਸ ਤਰ੍ਹਾਂ ਦਾ ਮਾਹੌਲ ਹੈ ਉਸ ਵਾਰਡ ਦਾ? ਜੀ, ਮਾਹੌਲ ਦੀ ਗੱਲ ਕਰੀਏ ਤਾਂ ਉੱਥੇ ਤਾਂ ਜਿਹੜੇ ਉਹਨਾਂ ਦੇ ਨਾਲ ਪਰਿਵਾਰਕ ਜਿਹੜੇ ਮੈਂਬਰ ਬੈਠੇ ਨੇ ਜ਼ਖਮੀਆਂ ਦੇ ਨਾਲ, ਉਹ ਤਾਂ ਉਹਨਾਂ ਦੇ ਚਿਹਰਿਆਂ ਦੇ ਉੱਤੇ ਜੋ ਇੱਕ ਤਰ੍ਹਾਂ ਦੀ ਜੋ ਮਾਯੂਸੀ ਜਿਹੜੀ ਹੈਗੀ ਨੇ ਉਹ ਰੋ ਰਹੇ ਨੇ, ਉਹਨਾਂ ਦੀ ਅੱਖਾਂ ਚਿਹਰਾ ਜਿਹੜਾ ਉਹਨਾਂ ਤੋਂ ਪਤਾ ਸਾਫ਼ ਦਿਖਦਾ ਹੈ ਕਿ ਬਹੁਤ ਹੀ ਉਹਨਾਂ ਨਾਲ ਜੋ ਇਹ ਵੱਡਾ ਹਾਦਸਾ ਜਿਹੜਾ ਵਾਪਰਿਆ ਨੇ ਉਹ ਸ਼ਾਇਦ ਹੀ ਕਦੀ ਸਾਰੀ ਜ਼ਿੰਦਗੀ ਵਿੱਚ ਇਸ ਹਾਦਸੇ ਵਿੱਚੋਂ ਨਿਕਲ ਸਕਣ। ਬਹੁਤ ਹੀ ਇੱਕ ਤਰ੍ਹਾਂ ਦਾ ਦਰਦਨਾਕ ਜਿਹੜਾ ਇੱਥੋਂ ਦਾ ਮਾਹੌਲ ਜਿਹੜਾ ਹੈਗਾ ਵਾ ਉਸ ਸਮੇਂ ਜਦੋਂ ਜੋ ਹੋਇਆ ਵਾ ਬਹੁਤ ਹੀ ਇੱਕ ਤਰ੍ਹਾਂ ਦਾ ਗਲਤ ਸੀਗਾ। ਜੀ ਸਰ। ਜਿਵੇਂ ਤੁਸੀਂ ਦੱਸਿਆ ਕਿ ਕੁਝ ਪ੍ਰਾਈਵੇਟ ਸਮਾਜ ਸੇਵੀ ਸੰਸਥਾਵਾਂ ਆਪਣੇ ਆਪਣੇ ਹਿਸਾਬ ਦੇ ਨਾਲ ਉਹਨਾਂ ਲੋਕਾਂ ਦੀ ਮਦਦ ਵਿੱਚ ਲੱਗੀਆਂ ਹੋਈਆਂ ਨੇ, ਸਰਕਾਰ ਵੱਲੋਂ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਨੇ, ਮਤਲਬ ਕਿਤੇ ਨਾ ਕਿਤੇ ਮਰੀਜ਼ ਜੋ ਹੈ ਉਹ ਪ੍ਰਬੰਧਾਂ ਤੋਂ ਖੁਸ਼ ਨਜ਼ਰ ਆ ਰਹੇ ਨੇ। ਜੀ ਸਰ, ਖੁਸ਼ੀ ਦੀ ਗੱਲ ਇਸ ਵਿੱਚ ਕੋਈ ਇਸੇ ਤਰ੍ਹਾਂ ਦੀ ਨਹੀਂ ਹੈ, ਪਰ ਉਹਨਾਂ ਨੂੰ ਜੋ ਸੁਵਿਧਾਵਾਂ ਜਿਹੜੀਆਂ ਹੈਗੀਆਂ ਨੇ ਉਹ ਰੈਗੂਲਰਲੀ ਉਹਨਾਂ ਨੂੰ ਮਿਲ ਰਹੀਆਂ ਨੇ। ਫਿਲਹਾਲ ਪਹਿਲੇ ਦਿਨ ਜਦ ਆਏ ਸੀਗੇ ਉਸ ਦਿਨ ਤਾਂ ਉਹਨਾਂ ਨੂੰ ਦਵਾ ਦਾਰੂ ਵਿੱਚ ਥੋੜੀ ਪਰੇਸ਼ਾਨੀ ਆ ਰਹੀ ਸੀਗੀ, ਉਹਨਾਂ ਨੂੰ ਬਾਹਰੋਂ ਲੈ ਕੇ ਆਉਣੀ ਪਈ ਦਵਾ, ਪਰ ਹੁਣ ਜੋ ਹੈ ਉਹ ਰੈਗੂਲਰਲੀ ਉਹਨਾਂ ਨੂੰ ਦਵਾ ਜਿਹੜੀ ਮਿਲ ਰਹੀ ਹੈ, ਰੈਗੂਲਰਲੀ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਹੋ ਰਿਹਾ ਵਾ, ਹਰ ਇੱਕ ਜਿਹੜੇ ਡਾਕਟਰ ਨੇ ਰੈਗੂਲਰਲੀ ਵਿਜ਼ਿਟ ਕਰ ਰਹੇ ਨੇ ਉਹਨਾਂ ਕੋਲ। ਜੀ ਸਰ। ਔਰ ਮੈਂ ਜਾਂਦੇ ਜਾਂਦੇ ਇੱਕ ਪ੍ਰਸ਼ਨ ਹੋਰ ਪੁੱਛਾਂਗਾ, ਮਤਲਬ 3:30 ਵਜੇ ਅੱਜ ਹੈਲਥ ਮਿਨਿਸਟਰ ਆ ਰਹੇ ਨੇ। ਜੀ ਸਰ। ਔਰ ਮਤਲਬ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਜਾ ਰਹੀ ਹੈ? ਸਰ, ਤਿਆਰੀ ਦੇ ਵਿੱਚ ਇੱਥੇ ਜਿਹੜੇ ਹੈਗੇ ਨੇ ਪੰਜਾਬ ਪੁਲਿਸ ਜਿਹੜੀ ਫੋਰਸ ਜਿਹੜੀ ਹੈਗੀ ਨੇ ਤਾਇਨਾਤ ਹੈ, ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਮਿਸ ਹੈਪਨਿੰਗ ਨਾ ਹੋ ਸਕੇ, ਜੋ ਸਿਕਿਉਰਿਟੀ ਦੇ ਉੱਤੇ ਪ੍ਰਬੰਧ ਜਿਹੜੇ ਕੀਤੇ ਗਏ ਨੇ। ਜੀ ਸਰ। ਔਰ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ 3:30 ਵਜੇ ਹੈਲਥ ਮਿਨਿਸਟਰ ਆ ਰਹੇ ਨੇ ਪੁੰਜ ਸਾਹਿਬ, ਅਸੀਂ ਉਸ ਵੇਲਾਂ ਵੀ ਤੁਹਾਨੂੰ ਮਤਲਬ ਫੋਨ ਲਾਈਨ ਤੇ ਲਵਾਂਗੇ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ, ਕੀ ਵਾਅਦੇ ਕਰਕੇ ਗਏ ਨੇ ਔਰ ਕੀ ਹੋਰ ਚੀਜ਼ ਪ੍ਰੋਵਾਈਡ ਕਰ ਰਹੇ ਨੇ। ਥੈਂਕ ਯੂ ਵੈਰੀ ਮੱਚ ਪੁੰਜੀ, ਬਹੁਤ ਬਹੁਤ ਮਿਹਰਬਾਨੀ। ਔਰ ਪੁੰਜ ਸਾਹਿਬ ਨੇ ਅਲੱਗ ਅਲੱਗ ਲੋਕਾਂ ਨਾਲ, ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ ਹੈ, ਕੀ ਗੱਲਬਾਤ ਕੀਤੀ ਹੈ ਸੁਣੋ ਤੁਸੀਂ ਵੀ। ਕੀ ਸਰ ਉਹ ਜਿਹੜਾ ਵਕਤ ਹੋਇਆ ਸੀਗਾ ਜ਼ਰੂਰੀ, ਜਿਹੜਾ ਵੀ ਹਾਸਾ ਹੋਇਆ ਉਸ ਟਾਈਮ ਮੈਨੂੰ ਕੁਛ ਨਹੀਂ ਪਤਾ ਸੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਉਸ ਟਾਈਮ ਮੈਨੂੰ ਹਾਸ ਨਹੀਂ ਹੋ ਸਕਿਆ। ਐਸੀ ਕੀ ਜ਼ਰੂਰਤ ਆਉਣ ਵੀ ਤੁਸੀਂ ਜਿਹੜਾ ਕਿ ਟਰੈਕ ਦੇ ਉੱਤੇ ਖੜੇ ਹੋ ਗਏ ਜਿਹੜਾ ਦੁਸਹਿਰਾ ਦਾ ਜਿਹੜਾ ਦੇਖ ਰਹੇ ਸੀਗੇ, ਜਾਂ ਤੁਹਾਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਉੱਥੇ ਗਰਾਊਂਡ ਦੇ ਵਿੱਚ? ਟਰੈਕ ਦੇ ਉੱਤੇ ਅੰਦਰ ਫਿਰ ਮੈਂ 6:30 ਵਜੇ ਟਰੈਕ ਤੋਂ ਖੜ੍ਹੀ ਟਰੈਕ ਦੇ ਉੱਤੇ ਅੰਦਰ ਫਿਰ ਮੈਂ 5:30 ਵਜੇ ਕਹੂੰ ਕਈ ਮੌਤਾਂ ਹੀ ਆਈਆਂ, ਬਹੁਤ ਜ਼ਿਆਦਾ ਮੌਤਾਂ ਹੀ ਆਈਆਂ ਉੱਥੇ।
ਅੱਜ ਤੁਸੀਂ ਸਿਵਲ ਹੋਸਪਿਟਲ ਵਿੱਚ ਹੈਗੇ ਹੋ, ਕੋਈ ਤੁਹਾਨੂੰ ਇੱਥੋਂ ਕੋਈ ਦਵਾਦਾਰੂ ਕੋਈ ਬਾਹਰੋਂ ਲੈਣੀ ਪੈ ਰਹੀ ਹੋਵੇ, ਕੋਈ ਮੁਸ਼ਕਿਲ ਆ ਰਹੀ ਹੋਵੇ? ਨਹੀਂ, ਸਭ ਕੁਛ ਉੱਤਮ ਪ੍ਰਬੰਧ ਜਿਹੜੇ ਇੱਥੇ ਕੀਤੇ ਜਾ ਰਹੇ ਨੇ। ਕਿੰਨੇ ਕੁ ਬੰਦੇ ਜਿਹੜੇ ਲਾਈਨਾਂ ਵਿੱਚ ਖੜੇ ਸੀਗੇ ਜਦੋਂ ਗੱਡੀ ਆਈ? ਸਾਰਾ ਭਰਿਆ ਸੀਗਾ ਟਰੈਕ, ਜਿੰਨਾ ਵੀ ਰੇਲਵੇ ਦੀ ਜਿਹੜੀ ਲਾਈਨ ਸੀਗੀ। 7 ਵਜੇ ਤੋਂ ਬਾਅਦ ਤੁਹਾਨੂੰ ਕੁਛ ਯਾਦ ਨਹੀਂ? ਕੁਛ ਯਾਦ ਨਹੀਂ ਸਭ। ਜੀ, ਜਿਸ ਤਰ੍ਹਾਂ ਕਿ ਅਸੀਂ ਅੱਜ ਇੱਥੇ ਸਿਵਲ ਹੋਸਪਿਟਲ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕੀਤੀ ਹੈ, ਮਰੀਜ਼ਾਂ ਨਾਲ ਗੱਲਬਾਤ ਕੀਤੀ ਹੈ, ਕਹਿਣਾ ਹੈ ਕਿ ਦਵਾਦਾਰੂ ਵਜੋਂ ਤੋਂ ਸਾਨੂੰ ਕੋਈ ਪਰੇਸ਼ਾਨੀ ਨਹੀਂ ਆ ਰਹੀ। ਇਸੇ ਤਰ੍ਹਾਂ ਹੀ ਵੱਖ ਵੱਖ ਸੰਸਥਾਵਾਂ ਅਤੇ ਸ਼ਹਿਰਾਂ ਤੋਂ ਵੱਖ ਵੱਖ ਸ਼ਹਿਰਾਂ ਤੋਂ ਜਿਹੜੇ ਹੈਗੇ ਆ ਸੰਸਥਾਵਾਂ ਜਿਹੜੀਆਂ ਵੱਧ ਚੜ੍ਹ ਕੇ ਆਪਣਾ ਜਿਹੜਾ ਕਿ ਸਹਿਯੋਗ ਕਰ ਰਹੀਆਂ ਨੇ, ਇਸੇ ਤਰ੍ਹਾਂ ਇੱਕ ਸੰਸਥਾ ਹੈਗੀ ਆ, ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ, ਤੁਸੀਂ ਜਿਹੜਾ ਉੱਥੇ ਜੋ ਵਾਕਿਆ ਹੋਇਆ ਵਾ, ਬਹੁਤ ਹੀ ਦਰਦਨਾਕ ਹੈ। ਇਸੇ ਮੌਕੇ 'ਤੇ ਅਸੀਂ ਤੁਹਾਡੇ ਤੋਂ ਇੰਨਾ ਹੀ ਕਹਾਂਗਾ, ਇੰਨੀ ਮਨ ਭਾਗੀ ਜਿਹੜੀ ਗੱਡੀ ਹੈ, ਇੱਕ ਆਤਮਾ ਇੱਕ ਦਿਮਾਗ ਸਰੀਰ ਨੇ ਜੋੜ ਕੇ ਰੱਖਤਾ ਹਰ ਕਿਸੇ ਨੂੰ। ਔਰ ਮੈਂ ਅੱਲਾ ਵਾਹਿਗੁਰੂ ਪਰਮਾਤਮਾ ਤੋਂ ਇਹੀ ਪ੍ਰੇਅਰ ਕਰਨ ਆਇਆ, ਸਪੈਸ਼ਲ ਵਗੈਰਾ ਸਰਕਾਰ ਵਗੈਰਾ ਪੰਜਾਬ ਯਾਦਵ ਵੀ ਹੈਗੇ ਜਿਹੜੇ ਵਾਈਸ ਚੇਅਰਮੈਨ, ਅਸੀਂ ਸਾਰੀ ਟੀਮ ਪਲ ਪਲ ਦੀ ਖਬਰ ਰੱਖ ਰਹੇ ਹਾਂ। ਕੀ ਸਮਝਦੇ ਹੋ ਕਿ ਇਸ ਵਿੱਚ ਸਭ ਤੋਂ ਵੱਡਾ ਦੋਸ਼ ਕਿਸਦਾ ਹੈ, ਜੋ ਕਿਸਨੂੰ ਜਿਹੜੀ ਇਹਦੇ ਵਿੱਚ ਸਜ਼ਾ ਸਭ ਤੋਂ ਵੱਧ ਜਿਹੜੀ ਹੈ ਗੁਨੇਗਾਰ ਕੌਣ ਹੈ, ਕਿਹਨੂੰ ਕਹਿਣਾ ਚਾਹੀਦਾ? ਗੁਜ਼ਰ ਰਹੀ ਹੈ ਇੱਕ ਜਿਹੜੀ ਛੋਟੀ ਟ੍ਰੇਨ ਇੰਨੀ ਸਪੀਡ ਨਾਲ ਗੁਜ਼ਰ ਰਹੀ ਹੈ, ਜਦਕਿ ਐਸਾ ਨਹੀਂ ਹੈ ਕਿ ਸ਼ਹਿਰ ਦੇ ਕਿਸੇ ਵੀ ਰੇਲਵੇ ਸਟੇਸ਼ਨ ਵਾਲੇ ਲੋਕਾਂ ਨੂੰ ਨਹੀਂ ਪਤਾ ਕਿ ਵੀ ਇੱਥੇ ਟ੍ਰੇਨ ਜਾ ਰਹੀ ਹੈ, ਇੱਥੇ ਦੁਸ਼ਹਿਰਾ ਮਨਾਇਆ ਜਾ ਰਿਹਾ। ਉਹਨੂੰ ਇੱਕ ਲਿਮਿਟ ਦੇਣਾ ਚਾਹੀਦਾ ਸੀ, ਟਾਈਮ ਦੇਣਾ ਚਾਹੀਦਾ ਸੀ, ਸਕਿੰਟਾਂ ਦੇ ਵਿੱਚੋਂ ਲੱਗੀ ਹੈ। ਇਸ ਲਈ ਸਭ ਤੋਂ ਵੱਡਾ ਮੈਂ ਸਮਝਦਾ ਕਿ ਕਸੂਰ ਦਾ ਸਮਝਦੇ ਹੋ ਕਿ ਜਿਹੜਾ ਸੁਨੀਲ ਸਾਹਿਬ ਵੱਲੋਂ ਜਿਹੜਾ ਕਿਹਾ ਗਿਆ ਵਾ ਕਿ ਜਿਹੜੇ ਮਿੱਟੀ ਗੜੇ ਜੋ ਮਰ ਚੁੱਕੇ ਨੇ, ਉਹਨਾਂ ਦੇ ਪਰਿਵਾਰ ਵਾਲਿਆਂ ਨੂੰ 5-5 ਲੱਖ ਰੁਪਏ ਦਾ ਜਿਹੜਾ ਮੁਆਵਜ਼ਾ ਦੇਣਾ, ਸਹੀ ਸਮਝਦੇ ਤੁਸੀਂ ਕੀ ਹੈ? ਇਸੇ ਮੌਕੇ 'ਤੇ ਮੈਂ ਇਹ ਕਹਾਂਗਾ, ਸਰਕਾਰ ਨੇ ਜੋ ਵੀ ਅਕਾਲੀ ਤੌਰ 'ਤੇ ਜਿਹੜਾ ਮੁਆਵਜ਼ਾ ਕਰਿਆ ਸੀਗਾ ਉਹ ਉਹਨਾਂ ਨੇ ਕੀਤਾ ਹੈਗਾ। ਅਸੀਂ ਅੱਗੇ ਵੀ ਕੋਸ਼ਿਸ਼ ਜਾਰੀ ਹੈ ਸਾਡੀ, ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਕਿ ਸਭ ਤੋਂ ਪਹਿਲਾਂ ਜਿਹੜੇ ਜਿੰਦਾ ਨੇ ਜਿਹੜੇ ਬਚ ਗਏ ਨੇ ਉਹਨਾਂ ਦਾ ਇਲਾਜ ਅਸੀਂ ਕਰਾਈਏ, ਵਧੀਆ ਤਰੀਕੇ ਨਾਲ ਕਰਾਈਏ, ਤਾਂ ਕਿ ਉਹ ਸਹੀ ਸਲਾਮਤ ਅਤੇ ਘਰ ਪਰਿਵਾਰ ਦੇ ਵਿੱਚ ਜਾ ਸਕੇ। ਅੱਜ ਵਾਲੇ ਦਿਨ ਇੱਕ ਰੇਲ ਹਾਦਸੇ ਵਿੱਚ ਜੋ ਸ਼ਿਕਾਰ ਹੋਏ ਨੇ ਜੋ ਲੋਕ, ਉਸ ਸੰਬੰਧ ਵਿੱਚ ਅਸੀਂ ਸਿਵਲ ਹੋਸਪਿਟਲ ਦੇ SMO ਸਾਹਿਬ ਚਰਨਜੀਤ ਸਿੰਘ ਜੀ ਨਾਲ ਗੱਲ ਕਰਾਂਗੇ। ਜੀ ਸਰ, ਸਾਨੂੰ ਕਿੰਨੇ ਜੋ ਮਰੀਜ਼ ਨੇ ਜਿਹੜੇ ਇਸ ਵੇਲੇ ਜਿਹੜੇ ਸਾਡੇ ਕੋਲ 13 ਮਰੀਜ਼ ਜਿਹੜੇ ਦਾਖਲ ਹੈਗੇ, ਮਰੀਜ਼ ਸਾਰੇ ਜਿਹੜੇ ਟੋਟਲ ਡੇਂਜਰ ਹੈਗੇ ਆ, ਕੋਈ ਪੇਸ਼ੈਂਟ ਐਕਟਿਵ ਨਹੀਂ ਕਰਨੀ ਹੈ, ਸਾਰੇ ਪੇਸ਼ੈਂਟ ਸਟੇਬਲ ਨੇ ਅਤੇ ਸਾਰੇ ਜਿਹੜੇ ਡਾਕਟਰ ਹੈਗੇ ਵੱਖ ਵੱਖ ਸਪੈਸ਼ਲਿਟੀ ਦੇ ਇਸ ਵਾਲੇ ਹਸਪਤਾਲ ਵਿੱਚ ਨੇ, ਸਾਰੇ ਜਿਹੜਾ ਮਰੀਜ਼ਾਂ ਦਾ ਇਲਾਜ ਹੈਗਾ ਉਹ ਬਿਲਕੁਲ ਫਰੀ ਆਫ ਕੋਸਟ ਹੈ, ਸਰਕਾਰ ਦੀ ਤਰਫੋਂ ਦਾ ਕੀਤਾ ਜਾ ਰਿਹਾ। ਮਰੀਜ਼ਾਂ ਦੀ ਗਿਣਤੀ ਜਿਹੜੀ ਕਿੰਨੀ ਕੁ ਜਿਹੜੀ ਸਟਾਰਟਿੰਗ ਹੋ ਚੁੱਕੀ ਹੈ, ਜਿਹਨਾਂ ਦਾ ਅੱਜ ਸਾਡੇ ਕੋਲ 37 ਜਿਹੜੀਆਂ ਬੋਡੀਜ਼ ਦੀਆਂ ਪਾਈਆਂ ਸੀ, ਡੈਡ ਬੋਡੀ, ਜਿਹਨਾਂ ਦਾ ਪੋਸਟਮਾਰਟਮ ਹੋਣਾ ਸੀਗਾ, ਅਤੇ ਕੱਲ੍ਹ ਹੀ ਸਾਰੇ ਬੋਡੀ ਆਫਟਰ ਆਈਡੈਂਟੀਫਿਕੇਸ਼ਨ ਉਹਨਾਂ ਦਾ ਜਿਹੜਾ ਪੋਸਟਮਾਰਟਮ ਕਰ ਦਿੱਤਾ ਗਿਆ, ਅਤੇ ਉਹਨਾਂ ਨੂੰ ਐਂਬੂਲੈਂਸ ਦੇ ਰਾਹੀਂ ਜਿਹੜੀਆਂ ਬੋਡੀ ਸੀ ਉਹਨਾਂ ਨੂੰ ਉਹਨਾਂ ਦੇ ਘਰਾਂ ਤੱਕ ਜਿਹੜਾ ਐਡਮਿਨਿਸਟ੍ਰੇਸ਼ਨ ਤੋਂ ਪਹੁੰਚਾਇਆ ਗਿਆ। ਜਿਸ ਤਰ੍ਹਾਂ ਦੱਸਿਆ ਕਿ ਹੈਲਥ ਮਿਨਿਸਟਰ ਵੀ ਇੱਥੇ ਆ ਰਹੇ ਨੇ 3:30 ਦੇ ਕਰੀਬ, ਜੋ ਅਗਲੀ ਜਿਹੜਾ ਅਪਡੇਟ ਹੋਏਗਾ ਤੁਹਾਨੂੰ ਹੈਲਥ ਮਿਨਿਸਟਰ ਸਾਹਿਬ ਦੇ ਇੱਥੇ ਪਹੁੰਚਣ ਤੋਂ ਬਾਅਦ ਤੁਹਾਨੂੰ ਰੈਗੂਲਰਲੀ ਦਿੱਤਾ ਜਾਏਗਾ। ਅੰਮ੍ਰਿਤਸਰ ਤੋਂ ਹਰਸ਼ ਪੁਆਇੰਟ ਏਵਨ ਪੰਜਾਬੀ ਨਿਊਜ਼ ਚੈਨਲ। ਕਈ ਪਰਿਵਾਰ ਨੇ ਜਿਹੜਾ ਕਿ ਦੁੱਖਾਂ ਦਾ ਪਹਾੜ ਦੇ ਨਾਲ ਡੁੱਬਿਆ ਹੋਇਆ ਵਾ, ਇੱਕ ਗੱਲ ਕਰਦੇ ਹਾਂ, ਕੀ ਨਾਮ ਹੈ ਤੁਹਾਡਾ? ਉੱਥੇ ਸੀਗੇ, ਕੀ ਵਾਕਿਆ ਹੋਇਆ ਸੀਗਾ ਸਾਰਾ ਉੱਥੇ? ਜਨਤਾ ਥੀ ਪਾਣੀ ਅੰਗੁਲ ਡਾਲੇ ਹੋਏ ਥੀ, ਪੀਛੇ ਸੇ ਅਚਾਨਕ ਗੱਡੀ ਆਈ, ਪਤਾ ਨਹੀਂ ਕੈਸੇ ਹਾਦਸਾ ਹੋ ਗਿਆ, ਅਚਾਨਕ ਮੈਂ ਸਭ ਕੁਛ ਸੁਣਾ। ਟ੍ਰੇਨ ਕੀ ਆਵਾਜ਼ ਤੱਕ ਨਹੀਂ ਆਪਕੋ ਸੁਣਾਈ ਦੀ? ਉਹ ਸਾਰੇ ਲੋਕ ਆਪਣੇ ਕੰਨ ਮੇ ਅੰਗੁਲ ਡਾਲ ਕੇ ਰੱਖੇ ਗਏ, ਜਬ ਪਟਾਕੇ ਦੱਗ ਰਹੇ ਥੇ ਕੰਨ ਮੇ ਅੰਗੁਲ ਡਾਲ ਲਿਆ ਥਾ, ਔਰ ਸਭੀ ਪਟਾਕੇ ਕੋ ਦੇਖ ਰਹੇ ਥੇ। ਔਰ ਉਸਕੇ ਬਾਅਦ ਨਾ ਵੈਸੇ ਟ੍ਰੇਨ 2 ਮਿੰਟ ਨਹੀਂ ਗੁਜਰੀ, ਟ੍ਰੇਨ ਗੁਜਰੀ, ਸਾਰੇ ਲੋਕ ਗਿਰੇ ਹੋਏ ਥੇ, ਜੋ ਟ੍ਰੇਨ ਮੇ ਥੇ ਵੋ ਸਾਰੇ ਫਟੇ ਹੋਏ ਥੇ।
आपके पूरे परिवार वहाँ पर मौजूद था? कितने कितने आपके घर के परिवार के कितने वहाँ पर लोग मौजूद थे? मेरे दो लड़के और दो लड़कियाँ थी, मेरी बहन थी और मेरा घर वाला था। मुझे किन-किन को ज्यादा चोट लगी है? हमारे घर में बच्चे को तो जमे भी, हमारे घर में आदमी के हमारा सारा कच्चड़ हो गया यहाँ। सो दोस्तों 3:30 बजे दोबारा फिर इन्हें तो आप अपडेट लवेंगे, क्योंकि पंजाब कैबिनेट के मंत्री हेल्थ मिनिस्टर श्री ब्रह्म महिंद्रा जी पहुँच रहे हैं, उन्हां तो भी आपां गलबात करन दी कोशिश करांगे कि वह पुछांगे कि अज उन्हां दी मतलब जिहड़ी सरकार वल्लों उन्हां नूं होर की आपां एड प्रोवाइड की जा रही है। इसी हुण तक दी अपडेट, बाकी अपडेट जिवें आउणगे असीं लैके रूबरू हुंदे रहांगे। तुसीं जुड़े रहो एवन पंजाबी टीवी।